ਭਾਜੀ ਆਮ ਤੌਰ ਤੇ ਲੋਕ ਕੀ ਕਹਿੰਦੇ, ਚਿਕਨ ਦਾ ਕੀਮਾ ਦਿੰਦੇ ਆ, ਤੁਸੀਂ ਮਟਨ ਦਾ ਸ਼ੁਰੂ ਕਰਤਾ? ਹਾਂਜੀ ਹਾਂਜੀ, ਮਟਨ ਦਾ ਕੀਮਾ ਉਹ ਵੀ ਆਟੇ ਦੇ ਵਿੱਚ। ਜਿਹੜੇ ਜਿਮ ਫ੍ਰੀਕਸ ਨੇ ਸਾਰਿਆਂ ਲਈ ਹੁਣ ਤੋਹਫਾ ਇਹ, ਕਿਉਂਕਿ ਆਟੇ ਦੇ ਵਿੱਚ ਆ ਨਾਮ ਸਾਡਾ। ਵੀਰੇ ਸਾਡੇ ਕੋਲ ਵੈਜ ਨੋਨ ਵੈਜ ਸਨੈਕਸ ਦੇ ਵਿੱਚ, ਮੇਨ ਕੋਰਸ ਦੇ ਵਿੱਚ ਸਭ ਕੁਛ ਮਿਲੂਗਾ ਤੁਹਾਨੂੰ। ਮਟਨ ਵੀ ਮਿਲੂਗਾ, ਮਟਨ ਤੁਹਾਨੂੰ ਸਾਡੇ ਕੋਲ ਗ੍ਰੇਵੀ ਵਾਲੇ, ਤਰੀ ਵਾਲੇ ਸਾਰੇ ਮਿਲਣਗੇ। ਫਿਸ਼ ਮਿਲੂਗੀ ਸਾਡੇ ਕੋਲ, ਉਹ ਵੀ ਗ੍ਰੇਵੀ ਵਾਲੀ ਵੀ ਮਿਲ ਜੂਗੀ, ਤੰਦੂਰ ਵਾਲੀ ਵੀ ਮਿਲ ਜੂਗੀ, ਫਰਾਈ ਵੀ ਮਿਲ ਜੂਗੀ। ਸਿੱਧਕ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਆ? ਬਹੁਤ ਵਧੀਆ ਜੀ ਭਾਈ, ਬੜੇ ਚਰਚ ਤੁਹਾਡੇ, ਕੀ ਖਾਸ ਲੈ ਕੇ ਆਏ ਹੋ? ਅਸੀਂ ਵੀਰੇ ਆ ਤੁਹਾਨੂੰ ਕੀਮਾ ਨਾਨ ਖਵਾਵਾਂਗੇ। ਨਾਨ ਤਾਂ ਤੁਸੀਂ ਬਹੁਤ ਖਾਧੇ ਹੋਣੇ, ਪਰ ਤੁਹਾਨੂੰ ਅੱਜ ਆਟੇ ਦੇ ਵਿੱਚ ਨਾਨ ਖਵਾਵਾਂਗੇ, ਕੀਮਾ ਨਾਨ ਹੋ ਵੀ ਇਹਦੇ 'ਚ ਬਟਨ ਦਾ ਕੀਮਾ ਪੈਂਦਾ ਵਾ ਸਾਰਾ। ਭਾਜੀ ਆਮ ਤੌਰ ਤੇ ਲੋਕ ਕੀ ਕਹਿੰਦੇ, ਚਿਕਨ ਦਾ ਕੀਮਾ ਦਿੰਦੇ ਆ, ਤੁਸੀਂ ਮਟਨ ਦਾ ਸ਼ੁਰੂ ਕਰਤਾ? ਹਾਂਜੀ ਹਾਂਜੀ, ਮਟਨ ਦਾ ਕੀਮਾ ਉਹ ਵੀ ਆਟੇ ਦੇ ਵਿੱਚ। ਆਪਣੇ ਜਿਹੜੇ ਜਿਮ ਲਵਰਸ ਭਰਾ ਨੇ ਸਾਰੇ, ਉਹਨਾਂ ਲਈ ਹੈਲਦੀ ਚੀਜ਼ ਲੈ ਕੇ ਆਇਆ, ਨਾਨ ਖਾਣ ਨਹੀਂ ਪਾਉਂਦੇ ਕਿਉਂਕਿ ਮੈਦੇ ਦੇ ਵਿੱਚ ਬਣਦਾ ਵਾ। ਹੁਣ ਜਿਹੜੇ ਜਿਮ ਫ੍ਰੀਕਸ ਨੇ ਸਾਰਿਆਂ ਲਈ ਹੁਣ ਤੋਹਫਾ ਇਹ, ਕਿਉਂਕਿ ਆਟੇ ਦੇ ਵਿੱਚ ਆ ਨਾਨ ਸਾਡਾ, ਮਤਲਬ ਸਪੈਸ਼ਲ ਜਿਮ ਦੇ ਸਕੀਨਾਂ ਵਾਸਤੇ। ਹਾਂਜੀ ਹਾਂਜੀ, ਹੈਲਦੀ ਰਹੂਗਾ, ਨਾਲੇ ਸਿਹਤ ਦਾ ਵੀ ਧਿਆਨ ਰਹੂਗਾ, ਕਿਉਂਕਿ ਆਟੇ ਦੇ ਵਿੱਚ ਉਹ ਤੋਂ ਹੈ ਵੀ ਮਟਨ ਦਾ ਕੀਮਾ ਇਹ। ਤੋ ਚਲੋ ਭਾਜੀ ਕਰਦੇ ਹਾਂ ਸ਼ੁਰੂ ਆਪਾਂ। ਠੀਕ ਹੈ ਜੀ ਵੀਰੇ, ਸਾਡੇ ਆਟੇ ਦੀ ਦੋ ਹੋ ਗਈ ਸਾਡੀ, ਹੁਣ ਇਹਦੇ ਵਿੱਚ ਸਾਰਾ ਮਟਨ ਦਾ ਕੀਮਾ ਸਾਡਾ। ਓਕੇ, ਇਹ ਸਾਰਾ ਮਟਨ ਹੈ? ਹਾਂਜੀ, ਮਤਲਬ ਪੂਰਾ ਕੀਮਾ ਬਣਾਇਆ ਹੋਇਆ, ਆਮ ਤੌਰ ਤੇ ਕਹਿੰਦੇ ਕੀਮਾ ਬਣਾ ਦੇਣਾ, ਹੈ ਨਾ? ਹਾਂਜੀ ਹਾਂਜੀ ਭਾਜੀ, ਹੋਊ 100-150 ਗ੍ਰਾਮ ਵੀਰੇ, ਵਾਧੀ ਚੱਲ ਜਾਂਦਾ ਇੰਨਾ ਕੁ ਚੱਲ ਜਾਂਦਾ? ਹਾਂਜੀ ਹਾਂਜੀ, ਮਤਲਬ ਕੋਸਟਲੀ ਬਹੁਤ ਹੋਊਗਾ ਫਿਰ ਤਾਂ? ਨਹੀਂ ਵੀਰੇ, ਮਾਤਰ ਸਿਰਫ ਤੁਹਾਨੂੰ 210 ਰੁਪਏ ਦੇ ਵਿੱਚ ਅਸੀਂ ਦਵਾਂਗੇ ਇਹ ਕੀਮਾ ਨਾਨ। ਇਹ ਦੋ ਬੰਦਿਆਂ ਨੂੰ ਆਰਾਮ ਨਾਲ ਖਾ ਲੈਂਦੇ ਨਾਲੇ। ਅੱਛਾ, ਇੱਕ ਕੀਮਾ ਨਾਨ ਨੂੰ ਇੱਕ ਹੀ, ਮਤਲਬ ਦੋ ਬੰਦੇ ਨੂੰ ਇੱਕ ਖਾ ਜਾਊਗਾ? ਹਾਂਜੀ, ਜਿਹੜਾ ਫੁੱਲ ਕਪੈਸਿਟੀ ਵਾਲਾ ਬੰਦਾ ਉਹ ਇੱਕ ਨਾਨ ਖਾ ਸਕਦਾ। ਜੇ ਭਾਜੀ ਕੋਈ ਦੋ ਖਾ ਜੇ? ਦੋ ਖਾ ਜਾਵੇ ਵੀਰੇ, ਉਹ ਫਿਰ ਆਪਾਂ ਫੁੱਲ ਕਪੈਸਿਟੀ ਵਾਲੇ ਬੰਦੇ ਨੂੰ ਕਹਿ ਸਕਦੇ ਹਾਂ ਵੀ ਬੰਦੇ ਦੀ ਬਹੁਤ ਰੱਜ ਆ। ਵੈਸੇ ਖਾ ਨਹੀਂ ਪਾਇਆ ਅੱਜ ਤੱਕ ਸਾਡੇ ਕੋਲ ਕੋਈ। ਜੇ ਕੋਈ ਖਾ ਗਿਆ ਫਿਰ ਕੋਈ ਇਨਾਮ ਵੀ ਦਿਓਗੇ? ਕੋਈ ਗੱਲ ਨਹੀਂ ਵੀਰੇ, ਇਨਾਮ ਆਏ ਤੇ ਆ ਵੀਰੇ, ਜਿਹੜਾ ਖਾਊਗਾ ਦੋ ਨਾਨ ਖਾਊਗਾ ਉਹ ਤਦ ਦੇਖਾਂਗੇ, ਉਹ ਤਦ ਦੇਖਾਂਗੇ। ਹਾਂ, ਵੈਸੇ ਅੱਜ ਤੱਕ ਕੋਈ ਖਾ ਨਹੀਂ ਪਾਇਆ। ਗਿਫਟ ਦੇ ਦਿਓ ਜੇ ਦੋ ਖਾ ਗਿਆ ਨਾਨ। ਹਾਂਜੀ ਹਾਂਜੀ, ਲਓ ਜੀ ਬਾਈ ਕੋਲੇ, ਸਿੱਧੇ ਕੋਲੇ ਤੁਸੀਂ ਆਉਣਾ ਤੇ ਕੀਮਾ ਮਟਨ ਨਾਨ ਟਰਾਈ ਕਰਨਾ। ਔਰ ਮਟਨ ਦਾ ਕਹਿੰਦੇ ਕੀਮਾ ਹੁੰਦਾ ਆਮ ਤੌਰ ਤੇ, ਲੋਕ ਜਿਹੜੇ ਪਨੀਰ ਦਾ ਕੀਮਾ ਬਣਾਉਂਦੇ ਤੁਸੀਂ ਦੇਖੇ ਹੋਣਗੇ, ਔਰ ਚਿਕਨ ਦਾ ਕੀਮਾ ਬਣਾਉਂਦੇ ਹੋ ਦੇਖੇ ਹੋਣਗੇ, ਪਰ ਇਹ ਬਾਈ ਕਹਿੰਦੇ ਜਿਹੜੇ ਜਿਮ ਲਵਰ ਨੇ ਉਹਨਾਂ ਵਾਸਤੇ ਸਪੈਸ਼ਲ ਹੈਗਾ ਮਟਨ ਕੀਮਾ ਨਾਨ। ਤੇ ਵਾਕਈ ਭਾਜੀ ਜਿਹੜੇ ਸਾਨੂੰ ਤੁਸੀਂ ਸਾਈਜ਼ ਬਣਾ ਰਹੇ ਹੋ, ਵਾਕਈ ਦੋ ਬੰਦੇ ਖਾਣਗੇ? ਹਾਂਜੀ ਹਾਂਜੀ ਵੀਰੇ, ਕਪੈਸਿਟੀ ਇਹਦੀ ਵਾਧੂ ਰਹੂਗੀ। ਕਪੈਸਿਟੀ ਇੰਨੀ ਕੀ ਹੈ? ਹਾਂਜੀ ਹਾਂਜੀ, ਕਿਆ ਬਾਤ ਹੈ! ਪੂਰਾ ਵੇਟ ਕਿੰਨਾ ਹੋ ਜੂਗਾ ਇਹਦਾ? ਇਹ ਵੀਰੇ ਵੇਟ ਅੱਡਾ ਆਪਾਂ ਤੋਲਿਆ ਤਾਂ ਨਹੀਂ ਹੈਗਾ, ਪਰ ਤੁਹਾਡੇ ਸਾਹਮਣੇ ਨਾਨ ਕਾਫੀ ਵੱਡਾ ਰਹਿਣ ਵਾਲਾ, ਮੇਰੇ ਅੱਧਾ ਕਿਲੋ ਪਲੱਸ ਹੋ ਜੂ। ਹਾਂਜੀ, ਕਿਆ ਬਾਤ ਹੈ ਜੀ! ਸਿੱਧਕ ਭਾਈ, ਟੇਸਟ ਕਿੱਥੋਂ ਲੈ ਕੇ ਆਉਣੇ ਆ? ਕਹਿੰਦੇ ਟੇਸਟ ਬਾ ਕਮਾਲ ਆ ਤੁਹਾਡਾ ਵੀਰੇ। ਕਿਲੋ ਦੇ ਵਿੱਚ 6.5 ਨਾਨ ਬੰਦੇ ਨੇ ਆਹ ਵਾਲੇ, ਜਿਹੜੇ ਮਟਨ ਦੇ ਕੀਮਾ ਨਾਨ ਨੇ। ਕਿਆ ਬਾਤ ਹੈ ਭਾਈ, ਤੁਸੀਂ ਜਵਾਬ ਨੇ ਤਾਂ ਮੇਰੀ ਗੱਲ ਦਾ, ਵੀ ਟੇਸਟ ਕਿੱਥੋਂ ਲੈ ਕੇ ਆਉਣੇ ਆ? ਟੇਸਟ ਤੁਹਾਡਾ ਬਹੁਤ ਲਾਜਵਾਬ ਆ ਵੀਰੇ। ਟੇਸਟ ਕੁਛ ਨਹੀਂ, ਬਸ ਤੁਹਾਡਾ ਭਰਾਵਾਂ ਦਾ ਪਿਆਰ ਹੀ ਆ ਜੋ ਅਸੀਂ ਵਿੱਚ ਪਾ ਕੇ ਦਿੰਨੇ ਆ ਜੀ। ਇਹਦੇ ਵਿੱਚ ਸਾਡੇ 5 ਘੰਟੇ ਲੱਗ ਜਾਂਦੇ ਕੀਮਾ ਨਾਨ ਜਿਹੜਾ ਕੀਮਾ ਪੈਂਦਾ ਇਹਨੂੰ ਬਣਨ ਨੂੰ। ਇਹਦੇ ਵਿੱਚ ਸਾਡੇ ਖੁਦ ਦਾ ਪੀਸ ਹੈ, ਗਰਮ ਮਸਾਲਾ ਪੈਂਦਾ ਵਾ, ਬਾਕੀ ਜਿਹੜੇ ਹੋਰ ਮਸਾਲੇ ਆ ਉਹ ਵੀ ਪੈਂਦੇ ਨਾਲ। ਇਹ ਹੁਣ ਤੰਦੂਰ 'ਚ ਜਾਣ ਦੇ ਵਿੱਚ ਜਾਣ ਨੂੰ ਰੈਡੀ ਹੈ। ਕਿਆ ਬਾਤ ਹੈ! ਆਹ ਤੁਹਾਡੇ ਹੁਣ ਸਾਹਮਣੇ ਤੰਦੂਰ ਦੇ ਵਿੱਚ ਲਾਵਾਂਗੇ। ਆਜੋ ਮਾਸਟਰ ਜੀ, ਲਓ ਜੀ ਨਾਨ ਲੱਗ ਚੁੱਕਿਆ ਤੰਦੂਰ ਦੇ ਅੰਦਰ, ਤੇ
ਸਿਦਕ ਬਾਈ ਖੜੇ ਨੇ ਬਾਈ, ਹੋਰ ਕੀ ਤੁਹਾਡੇ ਕੋਲ ਮਿਲਦਾ? ਵੀਰੇ ਸਾਡੇ ਕੋਲ ਵੈਜ, ਨੋਨ ਵੈਜ, ਸਨੈਕਸ ਦੇ ਵਿੱਚ, ਮੇਨ ਕੋਰਸ ਦੇ ਵਿੱਚ ਸਭ ਕੁਛ ਮਿਲੂਗਾ ਤੁਹਾਨੂੰ। ਮਟਨ ਵੀ ਮਿਲੂਗਾ, ਮਟਨ ਤੁਹਾਨੂੰ ਸਾਡੇ ਕੋਲ ਗ੍ਰੇਵੀ ਵਾਲੇ, ਤਰੀ ਵਾਲੇ ਸਾਰੇ ਮਿਲਣਗੇ। ਫਿਸ਼ ਮਿਲੂਗੀ ਸਾਡੇ ਕੋਲ, ਉਹ ਵੀ ਗ੍ਰੇਵੀ ਵਾਲੀ ਵੀ ਮਿਲ ਜੂਗੀ, ਤੰਦੂਰ ਵਾਲੀ ਵੀ ਮਿਲ ਜੂਗੀ, ਫਰਾਈ ਵੀ ਮਿਲ ਜੂਗੀ। ਆਮ ਤੌਰ 'ਤੇ ਗ੍ਰੇਵੀ ਵਾਲੀ ਫਿਸ਼ ਕੋਈ ਬਣਾਉਂਦਾ ਨਹੀਂ? ਹਾਂਜੀ ਹਾਂਜੀ, ਸਾਡੇ ਕੋਲ ਗ੍ਰੇਵੀ ਵਾਲੀ ਵੀ ਮਿਲੂਗੀ, ਫਿਸ਼ ਚਿੱਲੀ ਵੀ ਮਿਲੂਗੀ, ਜਿਹੜੀ ਆਪਾਂ ਜਿੱਦਾਂ ਮਟਨ ਰੋਗਨ ਜੋਸ਼ ਖਾਂਦੇ ਹਾਂ ਉੱਦਾਂ ਦੇ ਵਿੱਚ ਵੀ ਤੁਹਾਨੂੰ ਸਾਡੇ ਕੋਲ ਫਿਸ਼ ਮਿਲ ਜੂਗੀ। ਅਤੇ ਸਿੱਧਿਕ ਬਾਈ, ਲੋਕੇਸ਼ਨ ਦੱਸੋ, ਪ੍ਰੋਪਰ ਲੋਕੇਸ਼ਨ ਕੀ ਹੈ ਤੁਹਾਡੀ? ਹਾਂਜੀ, ਲੋਕੇਸ਼ਨ ਵੀਰੇ ਸਾਡੀ ਰਹਿਣ ਵਾਲੀ ਆ ਨੀਲਾ ਚੰਡਾ ਗੁਰਦੁਆਰਾ ਚੌਂਕ, ਨੀਅਰ ਪਾਵਾ ਰੋਡ। ਐਗਜੈਕਟ ਲੋਕੇਸ਼ਨ ਜੇ ਸਾਡੀ ਚਾਹੁੰਦੇ ਹੋ ਤੁਸੀਂ ਸਵਾਦ ਚਿਕਨ ਲੁਧਿਆਣਾ, ਗੂਗਲ 'ਤੇ ਸਰਚ ਕਰ ਸਕਦੇ ਹੋ ਬਾਕੀ। ਵਾਹ ਜੀ ਵਾਹ, ਮਤਲਬ ਇੰਨੇ ਚਰਚੇ ਕਹਿੰਦੇ ਗੂਗਲ 'ਤੇ ਵੀ ਨਾਮ, ਗੂਗਲ 'ਤੇ ਵੀ ਨਾਮ ਬੋਲਦਾ। ਹਾਂਜੀ ਹਾਂਜੀ। ਅਤੇ ਭਾਅ ਜੀ ਟਾਈਮਿੰਗ ਕੀ ਹੈ ਤੁਹਾਡੀ? ਟਾਈਮਿੰਗ ਵੀਰੇ ਰਹੂਗੀ ਸਾਡੀ ਸਵੇਰੇ ਦੁਪਹਿਰੇ 1 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ। ਦੁਪਹਿਰੇ 1 ਤੋਂ ਲੈ ਕੇ ਰਾਤੀ 12 ਵਜੇ ਤੱਕ, ਮਤਲਬ ਅੱਧੀ ਰਾਤ ਵੀ ਕੋਈ ਆ ਕੇ ਤੇ ਮੈਂ ਕੀਮਾ ਨਾਲ ਲੈਣਾ? ਹਾਂਜੀ ਮਿਲੂਗਾ ਜੀ, ਮਿਲੂਗਾ ਰਾਤੀ 12 ਵਜੇ ਤੱਕ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਤੁਹਾਨੂੰ ਉਰੇ ਮਿਲਾਂਗੇ ਆਪਾਂ 12 ਵਜੇ ਤੱਕ ਜੀ। ਬਾਈ ਕਹਿੰਦੇ ਬਹੁਤ ਦੂਰੋਂ ਦੂਰੋਂ ਤੁਹਾਡੇ ਕੋਲ ਲੋਕ ਕੀਮਾ ਨਾਲ ਟਰਾਈ ਕਰਨ ਦੇ ਲਈ ਆਉਂਦੇ ਨੇ। ਹਾਂਜੀ ਹਾਂਜੀ ਵੀਰੇ, ਇਹ ਗੱਲ ਬਾਕੀ ਸੱਚ ਆ, ਬਾਕੀ ਸੱਚ ਆ, ਬਾਕੀ ਸੱਚ ਆ। ਭਾਅ ਜੀ ਪੱਗ ਬੜੀ ਬਾ ਕਮਾਲ। ਲਓ ਜੀ ਕੀਮਾ ਨਾਨ ਹੋ ਚੁੱਕਾ ਰੈਡੀ, ਤੇ ਭਾਅ ਜੀ ਰੈਡੀ ਹੋ ਗਿਆ? ਹਾਂਜੀ ਹਾਂਜੀ ਵੀਰੇ ਰੈਡੀ ਆ, ਹੁਣ ਇਹਦੀ ਮੱਖਣ ਦੇ ਨਾਲ ਆਪਾਂ ਕਰਾਂਗੇ ਧਲਾਈ। ਕੀ ਬਾਤ ਹੈ, ਪਹਿਲਾਂ ਮੱਖਣ ਨਾਲ ਨਵਾਉਣਾ ਬਣੂ, ਮੱਖਣ ਦੇ ਨਾਲ ਨਵਾਉਣਾ, ਪਹਿਲਾਂ ਤਾਂ ਕੀਮਾ ਬਰਾਬਰ ਕਰ ਦਈਏ ਸਾਰਾ, ਹੁਣ ਇਹਦੀ ਮੱਖਣ ਦੇ ਨਾਲ ਧਲਾਈ ਕਰਾਂਗੇ। ਜਿਹੜਾ ਮੱਖਣ ਵੀ ਆ ਸਾਡੇ ਕੋਲ, ਉਹ ਮੂਲ ਜਾਂ ਵੇਰਕਾ ਦਾ ਮਿਲੂਗਾ ਤੁਹਾਨੂੰ, ਆਹ ਦੇਖੋ ਜੀ, ਮਤਲਬ ਪਿਓਰ ਮਿਲਣਾ ਪੂਰਾ ਵੇਰਕਾ ਜਾਂ ਅਮੁਲ, ਆਹ ਦੇਖੋ ਚਿੱਟਾ ਮੱਖਣ ਅਮੁਲ ਦਾ ਜਿਹੜਾ ਆਉਂਦਾ ਵਾ, ਕੋਈ ਦੇਸੀ ਮੱਖਣ ਨਹੀਂ ਯੂਜ਼, ਦੇਸੀ ਮੱਖਣ ਯੂਜ਼ ਹੋਊਗਾ, ਲਾ ਕੇ ਸਾਹਮਣੇ ਲਾ ਕੇ ਦਵਾਂਗੇ ਜੀ। ਔਰ ਮੱਖਣ ਲਾਉਣ 'ਚ ਕੋਈ ਕੰਜੂਸੀ ਨਹੀਂ? ਨਹੀਂ ਨਹੀਂ, ਕੋਈ ਕੰਜੂਸੀ ਨਹੀਂ ਜੀ, ਆਹ ਦੇਖੋ ਜੀ ਤੁਹਾਡੇ ਸਾਹਮਣੇ ਆ, ਆਹ ਸਾਡਾ ਕੀਮਾ ਨਾਨ ਬਸ ਹੁਣ ਤਿਆਰ ਹੋਣ ਲੱਗਾ। ਹੁਣ ਤੁਸੀਂ ਦੱਸੋ ਖਾ ਸਕਦਾ ਇੱਕ ਬੰਦਾ, ਦੋ ਨਹੀਂ, ਬਾਕੀ ਨਾਨ ਦਾ ਸਾਈਜ਼ ਹੀ ਦੱਸਦਾ ਕਿ ਦੋ ਬੰਦੇ ਰਾਜ ਵੀ ਖਾ ਲੈਣਗੇ ਪਰ ਇੱਕ ਬੰਦੇ ਲਈ ਮੁਸ਼ਕਲ ਹੈ। ਹਾਂਜੀ ਹਾਂਜੀ, ਕਿਉਂਕਿ ਇਹ ਬਹੁਤ ਹੈਵੀ ਨਾਨ ਰਹਿਣ ਵਾਲਾ ਸਾਡਾ, ਇਹ ਗਾਹਕ ਦੇ ਪੱਲੇ ਪਾਉਂਦੇ ਹਾਂ ਅਸੀਂ ਚੀਜ਼, ਇਹਦੇ ਪੈਸਾ ਵਸੂਲ, ਪੈਸਾ ਵਸੂਲ ਹੈ ਜੀ। ਆਹ ਦੇਖੋ ਜੀ, ਆਹ ਸਾਡੀ ਕੀਮਾ ਨਾਨ ਦੀ ਪਲੇਟ ਹੋਊਗੀ ਜੀ, ਆਹ ਨਾਲ ਇਹਦੇ ਦਊਗਾ ਸੈਲਡ, ਸਿਰਫ ਤੁਹਾਨੂੰ 210 ਰੁਪਏ ਦੇ ਵਿੱਚ ਦਵਾਂਗੇ ਜੀ। ਕੀ ਬਾਤ ਹੈ ਜੀ, ਔਰ ਕੀਮਾ ਤੁਹਾਨੂੰ ਮਿਲਣਾ ਮਟਨ ਦਾ? ਮਟਨ ਦਾ ਕੀਮਾ ਮਿਲੂਗਾ। ਤੇ ਭਾਜੀ ਕੋਈ ਲੋਕੇਸ਼ਨ ਟਾਈਮਿੰਗ ਦੁਬਾਰਾ ਫਿਰ ਦੱਸ ਦਿਓ? ਲੋਕੇਸ਼ਨ ਸਾਡੀ ਰਹੂਗੀ ਜੀ ਨੀਲਾ ਚੰਡਾ ਗੁਰਦੁਆਰਾ ਚੌਂਕ, ਪਾਵਾ ਰੋਡ, ਨੀਅਰ ਸ਼ਿੰਗਾਰ ਸਿਨੇਮਾ। ਐਗਜੈਕਟ ਲੋਕੇਸ਼ਨ ਚਾਹੁੰਦੇ ਹੋ ਜੇ ਸਾਡੀ, ਤੁਸੀਂ ਸਵਾਦ ਚਿਕਨ ਲੁਧਿਆਣਾ ਗੂਗਲ 'ਤੇ ਸਰਚ ਕਰ ਸਕਦੇ ਹੋ। ਬਾਕੀ ਮੇਰਾ ਨੰਬਰ ਰਹੂਗਾ 9915773519। ਟਾਈਮਿੰਗਸ ਰਹੂਗੀਆਂ ਸਾਡੀ ਦੁਪਹਿਰੇ 1 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ। ਲਓ ਜੀ, ਤੁਸੀਂ ਵੀ ਆ ਕੇ ਇੱਕ ਵਾਰ ਟੇਸਟ ਜ਼ਰੂਰ ਕਰਿਓ ਸਵਾਦ ਚਿਕਨ ਕੋਰਨਰ, ਅਤੇ ਬਾਈ ਹੁਣਾਂ ਕੋਲ ਆ ਕੇ ਟੇਸਟ ਜ਼ਰੂਰ ਕਰਿਓ। ਟਾਈਮਿੰਗ ਬਾਈ ਹੁਣਾਂ ਦੱਸਤੀ, ਦੁਪਹਿਰੇ 1 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਦੀ ਹੈ। ਔਰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ, ਖੁਸ਼ ਰਹੋ, ਆਬਾਦ ਰਹੋ।